ਟਿੱਕਰੀ ਬਾਦਰ ਬਹਾਦੜਗੜ੍ਹ ਦਿੱਲੀ ਕਿਸਾਨਾਂ ਨੇ ਪੈਲੀ ਠੇਕੇ ਤੇ ਲੈ ਕੇ ਖੇਤੀ ਕਰਨੀ ਸ਼ੁਰੂ ਕਰਤੀ ਆ। ਇਹ ਰੋਹਤਕ ਬਾਈਪਾਸ ਰੋਡ ਆ ਜਿੱਥੇ ਕਿਸਾਨੀ ਸੰਘਰਸ਼ ਚੱਲਣ ਡਿਆ, ਧਰਨੇ ਲਾ ਕੇ ਕਿਸਾਨ ਬੈਠੇ ਆ। ਇਹਨਾਂ ਭਾਈ ਸਾਹਿਬ ਹੁਣਾਂ ਦਾ ਖੇਤ ਹੈ ਜੀ, ਇਹ ਕਿਸਾਨੋਂ ਨੇ ਠੇਕੇ ਤੇ ਲੈ ਲਿਆ ਅੰਮ੍ਰਿਤਸਰ ਵਾਲੇ ਨੇ। ਔਰ ਇੱਧਰ ਖੇਤ ਟਰੈਕਟਰ ਜੋਤਾ ਕਿਸਾਨਾਂ ਆਪਣਿਆਂ ਨੇ। ਹੁਣ ਲਾਉਣਗੇ ਇੱਥੇ ਅੰਮ੍ਰਿਤਸਰ ਵਾਲੀ ਸਬਜ਼ੀ। ਇਹ ਸ਼ਹਿਰੀ ਏਰੀਏ ਦੇ ਹਾਂਜੀ ਸਰ, ਇਹ ਕਿੱਦਾਂ ਲਈ ਆਪਾਂ ਠੇਕੇ ਤੇ ਜ਼ਮੀਨ ਜੀ? ਇਹ 50,000 ਨੂੰ ਠੇਕੇ ਤੇ ਲਈ ਹੈ ਜੀ। ਤੇ ਕੀ ਕਰੋਗੇ ਹੁਣ? ਸਬਜ਼ੀ ਲਾਉਣੀ ਆ। ਆ ਸਾਰੇ ਵੀਰਾਂ ਨੂੰ ਜਿੰਨੇ ਵੀ ਅੱਗੇ ਜਾਂ ਪਿੱਛੇ ਜਿੰਨੇ ਜਾਣੇ ਵੀ ਹੈਗੇ ਆ, ਇੱਥੋਂ ਸਬਜ਼ੀ ਖਾਇਆ ਕਰਾਂਗੇ। ਆ ਆਪਾਂ ਮੋਟਰ ਲਈ ਆ, ਇਹਦੇ ਤੇ ਪੰਜਾਬ ਵਾਲੋਂ ਕੋ ਠੇਕੇ ਪੇ ਦੇ ਦਿਆ ਖੇਤ। ਇਹ ਫਸਲ ਪੋਵੇਂਗੇ। ਮੈਂ ਬਾਲੋਰ ਗਾਂਵ ਸੇ ਨਰਾਇਣ ਸਿੰਘ ਯਾਦਵ, ਕਸਟਮ ਆਫੀਸਰ ਰਿਟਾਇਰ। ਠੀਕ ਤੁਹਾਡਾ ਜੀ? ਹਾਂ ਜੀ। ਕਿਹੜਾ ਬਲਾਕ? ਬਲਾਕ 18। ਇਹ ਭਾਈ ਬੜਾ ਸੇਵਾਦਾਰ ਹੈ। ਜ਼ਿਲ੍ਹਾ? ਜ਼ਿਲ੍ਹਾ ਅੰਮ੍ਰਿਤਸਰ ਜੀ। ਹਾਂ। ਪਿੰਡ? ਪਿੰਡ ਵੀਰਾਗੋੜ। ਵੀਰਾਗੋੜ ਕਿੰਨੇ ਕਿੰਨੇ ਪਿੰਡਾਂ ਨੇ ਲਈ ਆ? ਇਹ ਜੀ 4 ਪਿੰਡਾਂ ਨੇ ਲਈ ਆ। ਆ ਜਾਓ ਆ ਜਾਓ। ਫੋਟੋ ਦੇ ਬਾਅਦ ਵੀਰਾਗੋੜ ਸਿੰਧੀ ਬੈਂਡ ਪੰਜਾਬ ਮੈਂ। ਇਹ ਬਾਬਾ ਹੈ ਸੇਵਾਦਾਰ ਹਮਾਰਾ। ਇਹ ਹਮਾਰਾ ਲੰਗਰ ਕਾ ਕਾਮ ਕਰਤਾ ਹੈ, ਸਾਰਾ ਲੰਗਰ ਮੈਂ ਸੇਵਾ ਕਰਤੇ ਹੈ ਬਾਬਾ। ਹਾਂ ਜੀ ਸਰਪੰਚ ਜੀ। ਕੀ ਬੀਜਣਾ ਜੀ ਹੁਣ ਇੱਥੇ? ਇਹ ਸਬਜ਼ੀ ਹੈ ਬੜਾ, ਤੁਹਾਡੀ ਸਲਾਹ ਹੋ ਕੋਈ ਬੀਜਾਂ ਦੇ ਦੱਸ ਕੇ ਸਾਰੇ ਸਬਜ਼ੀ ਬੀਜਣਾ ਜੇ ਠੇਕੇ ਤੇ ਲੈ ਲਈ ਆ ਵੇ। ਸਬਜ਼ੀ ਲਾ ਦਿੰਨੇ ਆ, ਸਬਜ਼ੀ ਲਾ ਦਿੰਨੇ ਆ, ਸਾਰੇ ਵੀਰ ਖਾਇਆ ਕਰਨਗੇ। ਲੋਕੀ ਲਗਾ ਦੇਗੇ, ਲੋਕੀ 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 ਲਗਾਏਗੇ ਯਾ ਤੋਰੀ। ਚਲੋ ਫਿਰ ਤੋਰੋ ਜੀ। ਲਾਉਰੀ ਕਿਸਾਨਾਂ ਨੇ ਲਾਲੇ ਪੱਕੇ ਮੋਰਚੇ, ਖੇਤੀ ਕਰਨੀ ਸ਼ੁਰੂ ਕਰਤੀ ਆ। ਸਬਜ਼ੀ ਸਾਜ਼ੀ ਲਾਉਣਗੇ। ਇਹ 4 ਏਕੜ ਜ਼ਮੀਨ ਜਿਹੜੀ ਇਹਨਾਂ ਨੇ ਠੇਕੇ 'ਤੇ ਲਈ ਆ, ਬਲੌਰ ਗਾਉਂ ਦੇ ਇੰਸਪੈਕਟਰ ਸਾਹਿਬ ਆ। ਇਹ ਕੱਲ੍ਹ ਨੂੰ ਇੱਥੇ ਵੇਖੋ ਖੇਣਾ ਖੂਣਾ ਕੱਢ ਕੇ ਬੈੱਡ ਬੁੱਡ ਬਣਾ ਕੇ ਇਹਨਾਂ ਨੇ ਸਬਜ਼ੀ ਬੀਜ ਦੇਣੀ ਆ। ਕੰਮ ਚੰਗੀ ਪੱਧਰ 'ਤੇ ਚਲਾ ਤਾ।